ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮਸਲਾ ਉਲਝਦਾ ਨਜ਼ਰ ਆ ਰਿਹਾ ਹੈ। ਬੀਤੀ 1 ਫਰਵਰੀ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਪਰਮੇਸ਼ਵਰ ਦਰਬਾਰ ਵਿਖੇ ਲਾਏ ਦੀਵਾਨਾਂ ਦੇ ਵਿੱਚ ਇੱਕ ਕਵਿਤਾ ਗਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਕੀਤੇ ਸਨ ਕਿ ਉਹ ਜੋ ਸਿੱਖ ਧਰਮ ਦੇ ਵਿੱਚ ਰਹਿਤ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਉਸ ਦੇ ਬਾਰੇ ਜਵਾਬ ਦੇਣ। ਪਰ ਇਸ ਤੋਂ ਬਾਅਦ ਅੱਜ 3-4-5 ਤਰੀਕ ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਨ ਤਕਰੀਬਨ ਸੰਗਰੂਰ ਜ਼ਿਲ੍ਹੇ ਵਿੱਚ ਲੱਗ ਰਹੇ ਸਨ, ਪਰ ਇਸ ਨੂੰ ਲੈ ਕੇ ਹੁਣ ਨਵਾਂ ਵਿਵਾਦ ਖੜ੍ਹਾ ਹੋ ਗਿਆ ਕਿ ਸਿੱਖ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਵੱਲੋਂ ਇਹਨਾਂ ਦੀਵਾਨਾਂ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਵੀਡੀਓ ਪਾਈ ਗਈ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਪ੍ਰਸ਼ਾਸਨ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ। 3-4 ਦੇ ਦਿਓ ਜਵਾਬ, ਜਦੋਂ ਕੋਈ ਗੱਲ ਕਰੀ ਤੇ ਉਹਦੀ ਚਿੱਠੀ ਆ ਜਾਂਦੀ, ਉਹਦੀ ਫਤਵਾ ਆ ਜਾਂਦਾ, ਉਹਦੀ ਭੱਜ ਲੈਂਦੇ ਜਥੇਦਾਰ, ਕੰਨੀ ਵੀ ਭੱਜ ਲਓ ਜੀ ਜਥੇਦਾਰ, ਇਹਨਾਂ ਨੂੰ ਪੁੱਛੋ ਜ਼ਰਾ ਸਵਾਲ, 3-4 ਜਵਾਬ ਇਹਨਾਂ ਤੋਂ ਲੈ ਦਿਓ ਜੇ ਆਪ ਨਹੀਂ ਦੇਣਾ। ਬਾਬਿਆਂ ਨੂੰ ਸੰਪਰਦਾਇਆਂ ਨੂੰ ਪੁੱਛੋ, 3-4 ਦੇ ਦਿਓ ਜਵਾਬ ਜਥੇਦਾਰ ਜੀ, 3-4 ਦੇ ਦਿਓ ਜਵਾਬ ਜਥੇਦਾਰ ਜੀ, 3-4 ਦੇ ਦਿਓ ਜਵਾਬ ਜਥੇਦਾਰ ਜੀ, 3-4 ਦੇ ਦਿਓ ਜਵਾਬ ਜਥੇਦਾਰ ਜੀ। 3-4-5 ਫਰਵਰੀ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਪਿੰਡ ਗਿਦੜਿਆਣੀ ਲਹਿਰਾ ਗਾਗਾ ਸੰਗਰੂਰ ਵਿੱਚ ਦੀਵਾਨ ਦਾ ਆਯੋਜਨ ਕੀਤਾ ਗਿਆ ਸੀ, ਪਰ ਇਸ ਨੂੰ ਲੈ ਕੇ ਹੁਣ ਮਸਲਾ ਭਖਦਾ ਨਜ਼ਰ ਆ ਰਿਹਾ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵਿਰੋਧੀਆਂ ਵੱਲੋਂ ਲਗਾਤਾਰ ਵੀਡੀਓ ਪਾ ਕੇ ਰਣਜੀਤ ਸਿੰਘ ਨੂੰ ਚੇਤਾਵਨੀ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਇੱਥੋਂ ਦੀਵਾਨ ਨਾ ਲਾਉਣ। ਇਸ ਦੇ ਨਾਲ ਇੱਕ ਨਿਹੰਗ ਸਿੰਘਾਂ ਦੀ ਵੀਡੀਓ ਵੀ ਸਾਹਮਣੇ ਆਈ ਜਿਸ ਵਿੱਚ ਉਹ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਬੜੇ ਹੀ ਸੱਭਿਅਕ ਤਰੀਕੇ ਦੇ ਨਾਲ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ। ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜੋ ਕਿ ਢੱਡਰੀਆਂ ਵਾਲਾ ਵਾਦ ਵਿਵਾਦ ਖੜਾ ਕਰ ਰਿਹਾ ਹੈ, ਇਹਨੂੰ ਆਪਣੀਆਂ ਹਰਕਤਾਂ ਤੋਂ, ਗਲਤ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਵਾ, ਨਹੀਂ ਤੇ ਉਹ ਇਹਦਾ ਹਸ਼ਰ ਹੋਊਗਾ ਜੋ ਕਿ ਸਿੱਖ ਪੰਥ ਕਰਦਾ ਹੁੰਦਾ ਵਾ। ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਦੇ ਖਿਲਾਫ ਬੋਲਦਾ ਹੈ, ਇਹਨੂੰ ਗੁਰੂ ਕੇ ਪੰਥ ਵੱਲੋਂ ਚੇਤਾਵਨੀ ਕੀਤੀ ਜਾਂਦੀ ਹੈ ਕਿ ਆਪਣੀਆਂ ਇਹਨਾਂ ਹਰਕਤਾਂ ਤੋਂ ਬਾਜ ਆ ਜਾ, ਨਹੀਂ ਤਾਂ ਤੂੰ ਵੇਖ ਲੈ ਵੀ ਸਿੱਖ ਪੰਥ ਚਾਢਾ ਕਿੱਦਾਂ ਛਕਾਉਂਦਾ। ਨਿਹੰਗ ਸਿੰਘ ਮਿਰਚਾਂ ਵਾਲੀ ਬੋਰੀ ਦੇ ਵਿੱਚ ਪਾ ਕੇ ਸੋਧਾ ਲਾਉਂਦੇ ਹਨ ਤੇ ਤੂੰ ਜਿਹੜਾ ਆ ਰੱਖਿਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਸਮਾਗਮ, ਕੁਛ ਕੇ ਸਰਕਾਰੀ ਪਿੱਠੂ ਤੇ ਸਰਕਾਰੀ ਟੋਟ ਜਿਹੜੇ ਤੇਰੇ ਚੰਡੇ ਹੋਏ ਚੇਲੇ ਚਾਰੜੇ ਹਨ, ਇਹਨਾਂ ਦੀ ਨਹੀਂ ਵੱਜਣੀਆਂ ਤੇ ਇਹਨਾਂ ਨੇ ਸਾਹ ਨਹੀਂ ਲੈਣਾ ਭੱਜਣ ਲੱਗਿਆ। ਤੂੰ ਜਿਹੜੇ ਆ ਕੁੱਤੇ ਸਟੇਜ ਤੇ ਬਿਠਾੜਦਾ ਵਾ, ਕਿਹੜਾ ਸੰਤ ਮਹਾਂਪੁਰਖ ਹੋਇਆ ਅਜੇ ਤੱਕ ਕਿ ਜਿਹਨੇ ਗਨਮੈਨ ਲੈ ਕੇ ਕੀਰਤਨ ਕੀਤਾ, ਆ ਦਾੜਾ ਵਾ ਮੂੰਹ ਤੇ ਤੇਰੇ ਕੇ ਦੱਬ ਗਈ ਆ, ਸ਼ਰਮ ਕਰ ਕੋਈ। ਨਿਹੰਗ ਸਿੰਘਾਂ ਨੇ ਚੇਤਾਵਨੀ ਉਹ ਤੈਨੂੰ, ਬੰਦੇ ਦਾ ਪੁੱਤ ਬਣ ਜਾ, ਅਕਲ ਦੀ ਦਵਾ ਖਾ ਲਾ ਕਿਤੋਂ, ਜਿਹੜਾ ਨਿਹੰਗ ਸਿੰਘ ਵੀ ਤੇਰੀ ਮਦਦ ਕਰੂ ਨਾ ਉਹਨੂੰ ਵੀ ਚਾਹਦਾ ਉਹ ਛਕਾਵਾਂਗੇ। ਅਸੀਂ ਪਿਓਰ ਰੰਗਰੇਟੇ ਬਾਬਾ ਜੀਵਨ ਸਿੰਘ ਦਲ ਦੇ ਪ੍ਰਮੁੱਖ ਜਥੇਦਾਰ ਬੋਲਦੇ ਆ, ਪਿੰਡ ਗਿੱਦੜਿਆਣੀ ਤੇਰਾ ਜਿਹੜਾ ਦੀਵਾਨ ਰੱਖਿਆ ਤੂੰ, ਤੇਰੇ ਚਿਮਚਿਆਂ ਨੇ ਰੱਖਿਆ, ਉੱਥੇ ਨਿਹੰਗ ਸਿੰਘ ਜਥੇਬੰਦੀਆਂ ਆਉਣੀਆਂ ਈ ਓ, ਤਕੜਾ ਹੋ ਕੇ ਦੀਵਾਨ ਲਾਉਣ ਆਉਣੀ, ਤੇ ਜਿਹੜੇ ਤੇਰੇ ਪੈਰੋਕਾਰ ਦੀਵਾਨ ਲਵਾਉਣ ਵਾਲੇ ਆ ਨਾ, ਤੇ ਸੋਧਾ ਉਹਨਾਂ ਨੂੰ ਵੀ ਚਿੱਟਿਆ ਕਰਕੇ ਜਾਵਾਂਗੇ। ਤੁਹਾਨੂੰ ਪਤਾ ਗੁਰੂ ਕੇ ਪੱਤ ਨਾਲ ਜਿਹੜਾ ਅੜਿਆ ਸੋ ਚੜਿਆ, ਜਕਾਰਾ ਬੁਲਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਇਹਨਾਂ ਵੀਡੀਓ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਵੀ ਇੱਕ ਵੀਡੀਓ ਅਪਲੋਡ ਕੀਤੀ ਗਈ ਹੈ ਜਿਸ ਵਿੱਚ ਉਹ ਆਪਣੀ ਸਿੱਖ ਸੰਗਤ ਨੂੰ ਅਪੀਲ ਕਰ ਰਹੇ ਨੇ ਕਿ ਇਸ ਤਰ੍ਹਾਂ ਦੇ ਵਿਰੋਧ ਦਾ ਉਹ ਡਟ ਕੇ ਮੁਕਾਬਲਾ ਕਰਨ। ਦੂਜੇ ਪਾਸੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਉਸ ਨੂੰ ਮਿਲ ਰਹੀਆਂ ਹਨ ਤਾਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਤਰ੍ਹਾਂ ਦੇ ਜੋ ਭੜਕਾਊ ਬਿਆਨ ਦਿੱਤੇ ਜਾ ਰਹੇ ਨੇ ਉਸ ਨੂੰ ਰੋਕਿਆ ਜਾਵੇ। ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਕਹਿਣ 'ਤੇ ਉਹ ਪਹਿਲਾਂ ਹੀ ਤਰਨ ਤਾਰਨ ਸਾਹਿਬ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਆਪਣੇ ਪ੍ਰੋਗਰਾਮ ਰੱਦ ਕਰ ਚੁੱਕੇ ਨੇ, ਪਰ ਹੁਣ ਤਾਂ ਹੱਦ ਹੀ ਹੋ ਗਈ ਹੈ। ਵਿਰੋਧੀਆਂ ਦਾ ਹੌਸਲਾ ਇੱਥੋਂ ਤੱਕ ਬਣ ਗਿਆ ਕਿ ਹੁਣ ਉਹਨਾਂ ਨੂੰ ਆਪਣੇ ਇਲਾਕੇ ਵਿੱਚ ਹੀ ਦੀਵਾਨ ਲਾਉਣ ਤੋਂ ਰੋਕਿਆ ਜਾ ਰਿਹਾ। ਦੱਸ ਦਈਏ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ਼ ਬਗਾਵਤ ਦਾ ਝੰਡਾ ਚੁੱਕਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਇੱਕ ਖਾਸ ਬੇਨਤੀ ਕਰਨੀ ਹੈ ਕਿ ਪਿੰਡ ਗਦੜਿਆਣੀ ਲਹਿਰਾ ਗਾਗਾ ਦੇ ਨੇੜੇ ਪੈਂਦਾ ਹੈ ਤੇ ਸੰਗਰੂਰ ਜ਼ਿਲ੍ਹਾ ਹੈ। ਉੱਥੇ ਪ੍ਰੋਗਰਾਮ 3 ਦਿਨ ਦਾ ਰੱਖਿਆ ਗਿਆ, 3-4-5 ਤਾਰੀਕ ਦੇ ਫਰਵਰੀ ਦੇ ਦੀਵਾਨ ਰੱਖੇ ਹੈ। ਹੁਣ ਪ੍ਰੋਬਲਮ ਇਹ ਪਈ ਹੈ ਕਿ ਉੱਥੇ ਕੁਛ ਅਜਨਾਲਾ ਗਰੁੱਪ ਦੇ ਕਣਕਵਾਲ ਪਿੰਡ ਨੇੜੇ ਹੈ, ਉੱਥੇ ਬੰਦੇ ਰਹਿੰਦੇ ਹੈ 8-10 ਟਕਸਾਲੀ, ਤੇ ਉਹਨਾਂ ਨੇ ਰੌਲਾ ਪਾਇਆ ਸੀ ਕਿ ਦੀਵਾਨ ਲੱਗਣ ਨਹੀਂ ਦੇਣੇ, 10 ਜਣੇ ਹੈ ਬਸ, ਤੇ ਉਹ ਪਰਮਿਸ਼ਨਾਂ ਮਿਲ ਗਈਆਂ। ਸੰਗਤ ਦੂਜੇ ਪਾਸੇ ਜ਼ਿਆਦਾ ਹੈ ਤੇ ਪ੍ਰੋਗਰਾਮਾਂ ਦੀ ਪਰਮਿਸ਼ਨ ਵੀ ਮਿਲ ਗਈ, ਦੀਵਾਨ ਲੱਗਣ ਦੀ ਤਿਆਰੀ ਹੋ ਗਈ। ਤੇ ਅੱਜ ਮੈਂ ਕਜਨਾਲੇ ਦੀ ਵੀਡੀਓ ਵੇਖੀ ਹੈ, ਪਤਾ ਲੱਗਾ ਕਿ ਉਹ ਇੱਥੇ ਪਹੁੰਚ ਗਿਆ ਆ। ਉਹ ਕਹਿੰਦਾ ਆ ਕਿ ਪ੍ਰੋਗਰਾਮ ਅਸੀਂ ਕੱਲ੍ਹ ਨੂੰ ਹੋਣ ਨਹੀਂ ਦੇਣੇ। ਮੈਂ ਨੋਰਮਲ ਸੰਗਤ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਇੱਦੂ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ। ਤਰਨ ਤਾਰਨ ਸਾਹਿਬ ਪ੍ਰੋਗਰਾਮ ਰੱਖਿਆ ਗਿਆ, ਪ੍ਰਸ਼ਾਸਨ ਨੇ ਮੈਨੂੰ ਕਿਹਾ ਭਾਈ ਸਾਹਿਬ ਇਹ ਗੁੰਡੇ ਬੰਦੇ ਆ, ਇੱਕ ਮੱਝ ਲਿਬੜੀ ਆ, ਆਪਾਂ ਸਿਆਣੇ ਬਣੀਏ। ਮੈਂ ਉੱਥੇ ਨਹੀਂ ਗਿਆ, ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਅੰਮ੍ਰਿਤਸਰ ਪ੍ਰੋਗਰਾਮ ਰੱਖਿਆ ਗਿਆ, ਛੱਡੋ ਭਾਈ ਸਾਹਿਬ ਤੁਸੀਂ ਉਹੀ ਰਹਿਣ ਦਿਓ ਜੀ, ਇਹ ਤਾਂ ਗੁੰਡੇ ਬੰਦੇ ਆ, ਆਪਾਂ ਹਟ ਗਏ। ਹੁਣ ਗੁਰਦਾਸਪੁਰ ਪ੍ਰੋਗਰਾਮ ਰੱਖਿਆ ਗਿਆ, ਇਹ ਛੱਡੋ ਜੀ ਪਰ ਇਹ ਤਾਂ ਗੁੰਡੇ ਬੰਦੇ ਆ, ਆਪਾਂ ਸਿਆਣੇ ਬਣੋ, ਆਪਾਂ ਨਹੀਂ ਗਏ। ਹੁਣ ਹੱਦ ਇਸ ਗੱਲ ਦੀ ਹੈ ਕਿ ਅੱਜ ਮਾਝਾ ਛੱਡ ਕੇ ਇਹ ਬੰਦੇ ਮਾਲਵੇ ਵਿੱਚ ਤੁਰੇ ਫਿਰਦੇ ਆ। 10 ਬੰਦਿਆਂ ਕਰਕੇ 10,000 ਬੰਦਾ ਸੁਣਨਾ ਚਾਹੁੰਦਾ, 20 ਬੰਦੇ ਹੋਵੋਗੇ ਉੱਧਰ 20,000 ਬੰਦਾ ਸੁਣਨਾ ਚਾਹੁੰਦਾ, ਪਰ ਅੱਜ ਤੱਕ ਲੋਕਾਂ ਦੇ ਉੱਤੇ ਦਬਦਬਾ ਰਿਹਾ, ਇੱਦਾਂ ਦੀਆਂ ਧਮਕੀਆਂ ਦਿੰਦੇ ਆ। ਕੱਲ੍ਹ ਵੀ ਇੱਕ ਵੀਡੀਓ ਵੇਖੀ ਹੈ ਜਿਹਦੇ 'ਚ ਕੁਝ ਨਿਹੰਗ ਸਿੰਘ ਇਕੱਠੇ ਹੋ ਕੇ ਕਹਿ ਰਹੇ ਆ, ਇੱਕ ਵੀਡੀਓ ਘੁੰਮਦੀ ਹੈ ਕਿ ਢੱਡਰੀਆਂ ਵਾਲਿਆ ਅਸੀਂ ਬੋਰੀ ਦੇ ਵਿੱਚ ਪਾ ਕੇ, ਮਰਚਾਂ ਵਾਲੀ ਬੋਰੀ ਵਿੱਚ ਪਾ ਕੇ ਸੋਧਾ ਲਾਉਂਦੇ ਹੁੰਦੇ ਆ, ਇੱਦਾਂ ਖੁੱਲ੍ਹ ਕੇ ਧਮਕੀਆਂ ਦੇ ਰਹੀਆਂ। ਕਿੱਥੇ ਗਿਆ ਪ੍ਰਸ਼ਾਸਨ? ਆ ਜਿਹੜੇ ਦੋਗਲੇ ਜੇ ਬੰਦੇ ਕਹਿੰਦੇ ਹੁੰਦੇ ਆ ਕਿ ਭਾਈ ਸਾਹਿਬ ਜੀ ਇੱਦਾਂ ਨਹੀਂ ਕਹਿਣਾ ਚਾਹੀਦਾ, ਜਦੋਂ 6 ਦੀਆਂ 6 ਕੱਢਣ ਦੀ ਗੱਲ ਕਰਦੇ ਆ, ਜਦੋਂ ਮਰਚਾਂ ਵਾਲੀ ਬੋਰੀ 'ਚ ਪਾ ਕੇ ਕੁੱਟਣ ਸੋਧਣ ਦੀਆਂ ਗੱਲਾਂ ਕਰਦੇ ਆ, ਉਦੋਂ ਉਹਨਾਂ ਦੀਆਂ ਧਮਕੀਆਂ ਨਹੀਂ ਸਾਨੂੰ ਦਿਸਦੀਆਂ ਕਿ ਡੈਮੋਕਰੈਟਿਕ ਸਿਸਟਮ ਦੇ ਵਿੱਚ ਬੋਲਣ ਦਾ, ਗੱਲ ਕਰਨ ਦਾ ਸਾਰੇ ਬੰਦਿਆਂ ਨੂੰ ਹੱਕ ਹੋਣਾ ਚਾਹੀਦਾ। ਤੇ ਪ੍ਰੋਗਰਾਮ ਆਪਾਂ ਕਰ ਰਹੇ ਹਾਂ ਹੁਣ, ਇਹ ਹੁਣ ਮਾਲਵੇ ਦੇ ਵਿੱਚ ਸਾਡੇ ਘਰ ਆ ਕੇ ਪ੍ਰੋਗਰਾਮ ਰੋਕਣਾ ਚਾਹੁੰਦੇ ਆ। ਸੋ ਮੈਂ ਨੋਰਮਲ ਸੰਗਤ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਥੋੜੇ ਜਿਹੇ ਅਵੇਅਰ ਹੋਵੋ, ਸਿਆਣੇ ਹੋਵੋ, ਗੁੰਡਾਗਰਦੀ ਇਹਨਾਂ ਦੀ ਜਿਹੜੀ ਇਹਨੂੰ ਨੱਥ ਪਵੇ। ਮੈਂ ਪੁੱਛਣਾ ਚਾਹੁੰਦਾ ਅਜਨਾਲੇ ਨੂੰ ਵੀ ਤੁਹਾਡੇ ਕੋਲ ਢੱਡਰੀਆਂ ਵਾਲਾ ਹੀ ਮੋਰਚਾ, ਬਹੁਤ ਕੰਮ ਕਰਨ ਵਾਲੇ ਨੇ, ਤੇਰੇ ਸਾਹਮਣੇ ਬਿਆਸ ਦੇ ਕੋਲੋਂ ਲੰਘ ਕੇ ਆਏਗਾ, ਕਿੰਨੇ ਡੇਰੇ ਸਰਸੇ ਵਾਲੇ ਦੇ ਲੰਘਦੇ ਆ, ਕਿੰਨਾ ਕੁਝ ਲੰਘ ਕੇ ਆਏ ਹੋ ਤੁਸੀਂ, ਤੇ ਤੁਹਾਨੂੰ ਢੱਡਰੀਆਂ ਵਾਲਾ ਹੀ ਨਜ਼ਰ ਆਉਂਦਾ ਇੱਥੇ। ਐਡੀ ਦੂਰੋਂ ਛੱਡ ਛਡਾ ਕੇ ਮੈਂ ਮਾਝੇ ਵੜਨਾ ਛੱਡ ਦਿੱਤਾ, ਮੈਨੂੰ ਚਲੋ ਜੀ ਛੱਡੋ, ਸਿੱਖਾਂ 'ਚ ਲੜਾਈ ਨਾ ਪਵੇ, ਸਿੱਖਾਂ 'ਚ ਲੜਾਈ ਨਾ ਪਵੇ, ਪਰ ਇਹ ਬੰਦੇ ਜਿਹੜੇ ਆ ਵੱਧਦੇ ਹੀ ਜਾ ਰਹੇ ਆ। ਸੋ ਮੈਂ ਬੇਨਤੀ ਪ੍ਰਸ਼ਾਸਨ ਨੂੰ ਵੀ ਕਰਦਾ ਕਿ ਤੁਸੀਂ ਪ੍ਰਬੰਧ ਕੀਤਾ ਤੇ ਤਕੜੇ ਹੋ ਕੇ ਕਰੋ। ਪ੍ਰੋਗਰਾਮ ਹਰ ਵਾਰੀ ਮੈਂ ਰੱਦ ਕਰਦਾ, 3 ਵਾਰ ਮੈਂ ਰੱਦ ਕਰ ਚੁੱਕਿਆ, ਤੇ ਐਦਕੀ ਮੈਂ ਸੋਚਦਾ ਵੀ ਪ੍ਰੋਗਰਾਮ ਅਸੀਂ ਚੜ੍ਹਦੀ ਕਲਾ ਨਾਲ ਕਰੀਏ, ਉਹਦਾ ਪ੍ਰਬੰਧ ਕਰੋ, ਇੰਤਜ਼ਾਮ ਕਰੋ। 15 ਬੰਦਿਆਂ ਕਰਕੇ ਰੌਲਾ ਪੈਂਦਾ, ਬਾਕੀ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਉਹਦੇ ਜ਼ਿੰਮੇਵਾਰ ਅਜਨਾਲਾ ਗਰੁੱਪ ਹੋਏਗਾ, ਕਿਉਂਕਿ ਇਹ ਉੱਥੋਂ ਚੱਲ ਕੇ ਰੋਕਣ ਵਾਸਤੇ ਆਇਆ।
ਇਹ ਉਥੋਂ ਝਗੜਾ ਕਰਨ ਵਾਸਤੇ ਲੜਨ ਵਾਸਤੇ ਉਥੋਂ ਮਾਝੇ ਤੋਂ ਚੱਲ ਕੇ ਆਇਆ ਵੀ ਪ੍ਰੋਗਰਾਮ ਅਸੀਂ ਰੱਦ ਕਰਵਾਉਣ ਵਾਸਤੇ ਮਾਲਵੇ ਦੇ ਵਿੱਚ ਚੱਲੇ ਆ। ਪ੍ਰੋਗਰਾਮ ਵਿੱਚ ਆਓ ਤੇ ਪ੍ਰਸ਼ਾਸਨ ਵਾਲਿਆਂ ਦਾ ਫਰਜ਼ ਬਣਦਾ ਵੀ ਉਹ ਤਕੜੇ ਹੋ ਕੇ ਪ੍ਰਬੰਧ ਕਰਨ, ਸਦਾ ਹੀ ਸਾਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ ਵੀ ਤੁਸੀਂ ਭਾਈ ਸਾਹਿਬ ਦੀਵਾਨ ਰੱਦ ਕਰ ਦਿਓ, ਤੁਸੀਂ ਜੀ ਇੱਦਾਂ ਕਰ ਦਿਓ। ਨਹੀਂ ਭਾਈ, ਇਹਨਾਂ ਦੇ ਨਾਲ ਇਹਨਾਂ ਦਾ ਹੌਸਲਾ ਵੱਧ ਰਿਹਾ ਆ। ਜਵਾਬ ਦਿਓ ਨਾ ਵੀ ਤੁਸੀਂ 20-20 ਸਾਲ ਕਿਉਂ ਕਹਿੰਦੇ ਰਹੇ ਕਿ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ। ਆਪ ਤੁਸੀਂ ਦੁਨੀਆਂ ਭਰ ਦੇ ਝੂਠ ਬੋਲ ਕੇ ਤੇ ਅੱਜ ਪ੍ਰੋਗਰਾਮ ਰੱਦ ਕਰਾਉਣ ਲਈ ਏਡੀ ਦੂਰੋਂ ਤੁਸੀਂ ਤੁਰੇ ਹੋਏ ਆ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚਾ ਦਿਓ। ਕੋਈ ਗੱਲ ਹੁੰਦੀ ਹੈ ਅੱਜ ਰੌਲਾ ਪਾਉਣ ਵਾਸਤੇ, ਝਗੜਾ ਪਾਉਣ ਵਾਸਤੇ ਦੂਰੋਂ ਆ ਰਹੇ ਆ, ਜੋ ਮਰਜ਼ੀ ਕਰ ਲੈਣ। ਅਸੀਂ ਆਪਣਾ ਫੈਸਲਾ ਕੀਤਾ ਆ ਇਸ ਵਾਰੀ ਬੈਠ ਕੇ ਵੀ ਅੱਗੇ ਬਹੁਤ ਵਾਰ ਹੋਇਆ, ਪ੍ਰਸ਼ਾਸਨ ਉੱਥੇ ਤਕੜਾ ਹੋ ਕੇ ਪ੍ਰਬੰਧ ਕਰੇ ਤੇ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਸਮੇਂ ਤੋਂ ਕਈ ਸਮਾਗਮਾਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੁੱਚੇ ਸਿਸਟਮ ਉੱਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸਿੱਖ ਰਹਿਤ ਮਰਿਆਦਾ ਸਮੇਤ ਕਈ ਹੋਰ ਮਸਲਿਆਂ ਉੱਤੇ ਘੇਰਨ ਦੀ ਕੋਸ਼ਿਸ਼ ਵੀ ਲਗਾਤਾਰ ਕੀਤੀ ਜਾਂਦੀ ਰਹੀ ਹੈ। ਦੱਸ ਦਈਏ ਕਿ ਲੰਘੀ 22 ਦਸੰਬਰ ਨੂੰ ਪਟਿਆਲਾ ਦੇ ਵਿੱਚ ਇੱਕ ਪ੍ਰੋਗਰਾਮ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਸੀ। ਉਸ ਵਕਤ ਰਣਜੀਤ ਸਿੰਘ ਢੱਡਰੀਆਂ ਵਾਲਾ ਆਪਣੇ ਵਿਦੇਸ਼ੀ ਦੌਰੇ ਤੇ ਸਨ, ਪਰ ਉਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ 5 ਜਨਵਰੀ ਨੂੰ ਇਹ ਮੁਲਾਕਾਤ ਹੋ ਸਕਦੀ ਹੈ, ਪਰ ਉਸ ਤੋਂ ਬਾਅਦ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ 5 ਮੈਂਬਰੀ ਕਮੇਟੀ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ ਅਤੇ ਨਾ ਹੀ ਕਿਸੇ ਬੈਠਕ ਦੌਰਾਨ ਇਸ ਮਸਲੇ ਉੱਤੇ ਚਰਚਾ ਕੀਤੀ ਜਾ ਚੁੱਕੀ ਹੈ। ਕਿਹਾ ਲਗਾਏ ਜਾ ਰਹੇ ਸਨ ਕਿ ਸ਼ਾਇਦ 5 ਜਨਵਰੀ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ 5 ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ, ਪਰ ਇਹ ਬੈਠਕ ਹੋਣੀ ਸੰਭਵ ਨਹੀਂ ਹੋ ਸਕੀ। ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਹਿਣਾ ਕਿ ਅਕਾਲ ਤਖਤ ਸਾਹਿਬ ਅੱਗੇ ਗੋਡੇ ਟੇਕਣ ਲਈ ਉਹ ਰਜ਼ਾਮੰਦ ਨਹੀਂ ਹਨ, ਕਿਉਂਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਉੱਤੇ ਰਾਜਨੀਤਿਕ ਕਬਜ਼ਾ ਹੈ। ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਹਜੇ ਤੱਕ ਗੁਰਦੁਆਰਿਆਂ ਦੇ ਵਿੱਚ ਰਹਿਤ ਮਰਿਆਦਾ ਲਾਗੂ ਨਹੀਂ ਕਰਵਾ ਸਕਿਆ। ਸੋ ਲਗਾਤਾਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ SGPC ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ, ਪਰ ਹੁਣ ਅੱਜ 5 ਤਰੀਕ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਦੀਵਾਨ ਪਿੰਡ ਗਦਰਿਆਣੀ ਵਿਖੇ ਅਤੇ ਇਸ ਨੂੰ ਲੈ ਕੇ ਵੀ ਮਾਮਲਾ ਕਾਫੀ ਭਖਿਆ ਹੋਇਆ। ਹੁਣ ਦੇਖਣਾ ਹੋਵੇ ਕਿ ਸ਼ਾਮ ਤੱਕ ਜੋ ਧਮਕੀਆਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਇਸ ਦੀਵਾਨ ਦੇ ਸੰਬੰਧ ਵਿੱਚ ਮਿਲੀਆਂ ਹਨ ਉਹ ਕੀ ਰੁੱਖ ਅਪਣਾਉਂਦੀਆਂ ਨੇ।